ਸਤਿ ਸ਼੍ਰੀ ਅਕਾਲ ਵੀਅਰਸ, ਮੈਂ ਹਰਮਿੰਦਰ ਸਿੰਘ ਅੱਜ ਫੇਰ ਹਾਜ਼ਰ ਹਾਂ ਆਓ ਸਮਝੇ ਦੇ ਇੱਕ ਨਵੇਂ ਐਪੀਸੋਡ ਨਾਲ। ਸਾਡੇ ਨਾਲ ਹੈ ਗੁਰਿੰਦਰਪ੍ਰੀਤ ਕੌਰ, ਜੋ ਇੱਕ ਕਲੀਨਿਕਲ ਸੋਸ਼ਲ ਵਰਕਰ ਹੈ, ਔਰ ਸਾਨੂੰ ਅੱਜ ਰੂਬਰੂ ਕਰਾਉਣਗੇ ਨਸ਼ੇ ਦੀ ਬਿਮਾਰੀ ਬਾਰੇ। ਹੈਲੋ ਗੁਰਿੰਦਰ ਮੈਮ। ਮੈਮ, ਜੇ ਆਪਾਂ ਪੰਜਾਬ 'ਚ ਬੈਠੀਏ ਔਰ ਨਸ਼ੇ ਬਾਰੇ ਨਾ ਗੱਲ ਕਰੀਏ, ਇਹ ਅਧੂਰਾ ਰਹਿ ਜੂਗਾ। ਤੁਸੀਂ ਮੈਨੂੰ ਆਹ ਦੱਸੋ ਕਿ ਮੈਮ, ਜਿਹੜੀ ਨਸ਼ਾ ਹੈ ਇਹ ਇਕੱਲਾ ਇੱਕ ਬੁਰੀ ਆਦਤ ਹੈ ਜਿਵੇਂ ਕਿ ਸਿਆਣੇ ਆਖਦੇ ਨੇ, ਯਾ ਇਹ ਇੱਕ ਬਿਮਾਰੀ ਹੈ, ਇੱਕ ਮਾਨਸਿਕ ਬਿਮਾਰੀ ਹੈ? ਇਹ ਤੁਹਾਡਾ ਬਹੁਤ ਹੀ ਵਧੀਆ ਕੁਐਸਚਨ ਹੈ ਸਰ, ਕਿਉਂਕਿ ਅਕਸਰ ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਉਹ ਗੱਲ ਇੱਕ ਇਸੀ ਨੋਟ 'ਤੇ ਖਤਮ ਹੋ ਜਾਂਦੀ ਹੈ ਕਿ ਨਸ਼ਾ ਲੈਣਾ ਇੱਕ ਬੁਰੀ ਆਦਤ ਹੈ, ਬਟ ਐਕਚੁਅਲੀ ਦੇ ਵਿੱਚ ਨਸ਼ਾ ਲੈਣਾ ਇੱਕ ਦਿਮਾਗ ਦੀ ਬਿਮਾਰੀ ਹੈ। ਇਹਨੂੰ ਵਿਅਕਤੀ ਦੇ ਬਾਰ ਬਾਰ ਨਸ਼ਾ ਲੈਣ ਦੇ ਵਰਤਾਵ ਦੁਆਰਾ ਸਮਝਿਆ ਜਾ ਸਕਦਾ। ਇਹ ਨਸ਼ਾ ਲੈਣਾ ਵਿਅਕਤੀ ਦੀ ਇੱਕ ਜਿਵੇਂ ਮਜਬੂਰੀ ਬਣ ਜਾਂਦਾ, ਉਹਨੂੰ ਬਾਰ ਬਾਰ ਇੱਛਾ ਹੁੰਦੀ ਹੈ ਨਸ਼ਾ ਲੈਣ ਦੀ। ਨਸ਼ਾ ਲੈਣ ਕਾਰਨ ਵਿਅਕਤੀ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ, ਪਰੇਸ਼ਾਨੀਆਂ ਆਉਂਦੀਆਂ ਨੇ, ਜਿਨ੍ਹਾਂ ਨੂੰ ਖੁਦ ਸਾਂਭਣਾ ਬਹੁਤ ਮੁਸ਼ਕਿਲ ਹੋ ਜਾਂਦਾ, ਨਸ਼ੇ 'ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ। ਕੁਛ ਪਦਾਰਥਾਂ ਦੇ ਨਾਮ ਦੱਸਦੀ ਹਾਂ ਜਿਨ੍ਹਾਂ ਨਾਲ ਨਸ਼ੇ ਦੀ ਬਿਮਾਰੀ ਹੋ ਸਕਦੀ ਹੈ। ਸ਼ਰਾਬ, ਅਫੀਮ, ਭੁੱਕੀ, ਚਿੱਟਾ, ਗਾਂਜਾ, ਜਾਂ ਫਿਰ ਕੁਛ ਮੈਡੀਕਲ ਦਵਾਈਆਂ ਜਾਂ ਮੈਡੀਕਲ ਨਸ਼ੇ ਨੇ, ਇਹਨਾਂ ਨਾਲ ਇਹਨਾਂ ਉੱਤੇ ਵਿਅਕਤੀ ਦੀ ਨਿਰਭਰਤਾ ਬਣ ਸਕਦੀ ਹੈ। ਅਗਰ ਲੰਬੇ ਸਮੇਂ ਤੱਕ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਹਦੇ ਦਿਮਾਗ ਵਿੱਚ ਕੁਛ ਰਸਾਇਣਿਕ ਬਦਲਾਵ ਵੀ ਆਉਂਦੇ ਨੇ, ਜਿਨ੍ਹਾਂ ਦੇ ਕਾਰਨ ਇਹਨੂੰ ਆਪਾਂ ਇੱਕ ਸਿਰਫ ਬੁਰੀ ਆਦਤ ਨਹੀਂ ਕਹਿ ਸਕਦੇ, ਇਹਨੂੰ ਇੱਕ ਦਿਮਾਗ ਦੀ ਬਿਮਾਰੀ ਕਹਿੰਦੇ ਹਾਂ ਆਪਾਂ। ਗੁਰਿੰਦਰ ਜੀ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਜੇ ਕੋਈ ਲੰਬੇ ਦੌਰ ਤੱਕ ਨਸ਼ਾ ਲੈਂਦਾ ਹੈ ਤਾਂ ਉਹਦੇ ਦਿਮਾਗ 'ਚ ਕੋਈ ਬਦਲਾਵ ਆਉਂਦੇ ਨੇ, ਅਤੇ ਇਸ ਬਦਲਾਵ ਵਾਲੇ ਸਾਨੂੰ ਥੋੜ੍ਹਾ ਦੱਸੋਗੇ? ਅਤੇ ਜੇ ਕੋਈ ਵੱਧ ਤੋਂ ਵੱਧ ਨਸ਼ਾ ਲੈਂਦਾ ਹੈ ਤਾਂ ਉਹਦੇ ਨਾਲ ਇਹ ਕਿਵੇਂ ਜੁੜਿਆ ਹੋਇਆ? ਜੀ ਬਿਲਕੁਲ ਸਰ, ਨਸ਼ਾ ਆਪਣੇ ਦਿਮਾਗ ਦੇ ਇੱਕ ਹਿੱਸੇ ਜਿਸਨੂੰ ਰਿਵਾਰਡ ਸੈਂਟਰ ਆਖਦੇ ਹਾਂ, ਉਸ ਵਿੱਚ ਡੋਪਾਮਿਨ ਨਾਮ ਦੇ ਰਸਾਇਣ ਦੀ ਜਿਹੜੀ ਮਾਤਰਾ ਹੈ ਉਸਨੂੰ ਵਧਾ ਦਿੰਦਾ ਹੈ। ਅਗਰ ਇਹਨੂੰ ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਇਹ ਜਿਹੜੀ ਰਿਵਾਰਡ ਸਰਕਿਟ ਦੀ ਫੰਕਸ਼ਨਿੰਗ ਹੈ, ਇਹ ਵਿਅਕਤੀ ਨੂੰ ਬਾਰ ਬਾਰ ਨਸ਼ਾ ਲੈਣ ਲਈ ਪ੍ਰੇਰਿਤ ਕਰਦੀ ਹੈ। ਕਿਉਂਕਿ ਜਦੋਂ ਵਿਅਕਤੀ ਬਾਰ ਬਾਰ ਨਸ਼ਾ ਲੈਂਦਾ ਹੈ ਤਾਂ ਜਿਹੜਾ ਉਹਨੂੰ ਇਫੈਕਟ ਨਸ਼ਾ ਲੈਣ ਨਾਲ ਪਹਿਲਾਂ ਮਿਲ ਰਿਹਾ ਸੀਗਾ, ਹੁਣ ਉਸ ਤਰੀਕੇ ਦਾ ਇਫੈਕਟ ਨਹੀਂ ਮਿਲ ਰਿਹਾ। ਇਹ ਇੱਕ ਕਾਰਨ ਬਣਦਾ ਜਿਹਦੇ ਕਰਕੇ ਵਿਅਕਤੀ ਆਪਣੀ ਨਸ਼ੇ ਦੀ ਮਾਤਰਾ ਹੈ ਉਹਨੂੰ ਵਧਾਉਂਦਾ ਹੈ ਤਾਂ ਕਿ ਉਹਨੂੰ ਪਹਿਲਾਂ ਵਰਗਾ ਮਹਿਸੂਸ ਹੋਵੇ। ਜਿਵੇਂ ਕਿ ਸਰ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਵਿਅਕਤੀ ਨਸ਼ਾ ਕਰਦਾ ਤਾਂ ਉਹਦੀ ਕੁਆਂਟਿਟੀ ਹੈ ਜਿਹੜੀ ਵੱਧਦੀ ਰਹਿੰਦੀ ਹੈ, ਉਹਨੂੰ ਬੇਸਿਕਲੀ ਇਨਕਰੀਜ਼ਡ ਟੋਲਰੈਂਸ ਕਹਿੰਦੇ ਹਾਂ, ਕਿ ਵਿਅਕਤੀ ਦੀ ਜਿਹੜੀ ਕਪੈਸਿਟੀ ਹੈ ਨਸ਼ਾ ਲੈਣ ਦੀ ਉਹ ਵੱਧ ਜਾਂਦੀ ਹੈ ਸੇਮ ਇਫੈਕਟ ਪ੍ਰੋਡਿਊਸ ਕਰਨ ਵਾਸਤੇ। ਹੁਣ ਕਿਉਂਕਿ ਵਿਅਕਤੀ ਇੰਨਾ ਨਸ਼ੇ ਵਿੱਚ ਰੁੱਝਿਆ ਰਹਿੰਦਾ ਤਾਂ ਉਹਦੀ ਜਿਹੜੀ ਆਮ ਰੁਚੀ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਉਹਦਾ ਬਿਲਕੁਲ ਵੀ ਜਿਹੜਾ ਧਿਆਨ ਹੈ ਜਾਂ ਇੰਟਰਸਟ ਹੈ ਉਹ ਬਿਲਕੁਲ ਨਹੀਂ ਰਹਿੰਦਾ। ਇਨਫੈਕਟ ਲੰਬੇ ਸਮੇਂ ਤੱਕ ਨਸ਼ਾ ਲੈਣ ਦੇ ਨਾਲ ਦਿਮਾਗ ਦਾ ਇੱਕ ਹਿੱਸਾ ਹੈ ਜਿਸਨੂੰ ਪ੍ਰੀ ਫਰੰਟਲ ਕੋਰਟੈਕਸ ਵੀ ਆਖਦੇ ਹਾਂ, ਉਹਦੇ ਉੱਤੇ ਵੀ ਕਾਫੀ ਅਸਰ ਪੈਂਦਾ ਹੈ। ਇਹ ਹਿੱਸਾ ਵਿਅਕਤੀ ਦੀ ਨਵੀਂ ਚੀਜ਼ਾਂ ਯਾਦ ਕਰਨ ਦੀ, ਨਵੀਂ ਚੀਜ਼ਾਂ ਸਿੱਖਣ ਲਈ ਰਿਸਪੋਂਸੀਬਲ ਹੁੰਦਾ, ਚੀਜ਼ਾਂ ਯਾਦ ਰੱਖਣ ਲਈ ਰਿਸਪੋਂਸੀਬਲ ਹੁੰਦਾ, ਡਿਸੀਜਨ ਮੇਕਿੰਗ ਲਈ ਰਿਸਪੋਂਸੀਬਲ ਹੁੰਦਾ। ਅਤੇ ਜਿਹੜੇ ਵੀ ਇਹ ਏਰੀਆਜ਼ ਲਈ ਰਿਸਪੋਂਸੀਬਲ ਹੈ, ਵਿਅਕਤੀ ਦੀ ਜ਼ਿੰਦਗੀ ਵਿੱਚ ਉਹ ਏਰੀਆਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਗੜਬੜੀ ਦੇਖੀ ਜਾ ਸਕਦੀ ਹੈ। ਗੁਰਿੰਦਰ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਇੱਕ ਬਿਮਾਰੀ ਹੈ ਨਸ਼ਾ, ਨਾ ਹੀ ਕਿ ਇੱਕ ਬੁਰੀ ਆਦਤ,
ਜਿਵੇਂ ਕਿ ਕਦੇ ਕਦੇ ਜੇ ਕੋਈ ਨਸ਼ਾ ਕਰਦਾ ਹੈ ਕਿ ਉਹ ਵੀ ਤੁਸੀਂ ਉਹਨੂੰ ਬਿਮਾਰੀ ਹੀ ਆਖੋਗੇ। ਅਤੇ ਇੱਕ ਹੋਰ ਪੁੱਛਣੀ ਸੀਗੀ ਕਿ ਜਿਹੜਾ ਇਹ ਨਸ਼ੇ ਦੀ ਬਿਮਾਰੀ ਹੈ, ਕਿ ਕਿਸੇ ਟੈਸਟ ਰਾਹੀਂ ਸਾਨੂੰ ਇਹਦੇ ਬਾਰੇ ਪਤਾ ਚੱਲ ਸਕਦਾ? ਸਰ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਕੋਈ ਵਿਅਕਤੀ ਅਗਰ ਕਦੇ ਕਦੇ ਨਸ਼ਾ ਕਰਦਾ ਤਾਂ ਉਹ ਇਸ ਚੀਜ਼ ਲਈ ਕੁਆਲੀਫਾਈ ਨਹੀਂ ਕਰਦਾ ਕਿ ਉਹ ਨਸ਼ੇ ਉੱਤੇ ਨਿਰਭਰ ਹੈ। ਮੇਰਾ ਇਹ ਕਹਿਣਾ ਪ੍ਰਮੋਟ ਨਹੀਂ ਕਰਦਾ ਕਿ ਵਿਅਕਤੀ ਨੂੰ ਕਦੇ ਕਦੇ ਨਸ਼ਾ ਕਰ ਲੈਣਾ ਚਾਹੀਦਾ, ਪਰ ਉਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਵਿਅਕਤੀ ਨਸ਼ੇ ਉੱਤੇ ਨਿਰਭਰ ਹੈਗਾ। ਅਗਰ ਜਦੋਂ ਆਪਾਂ ਗੱਲ ਕਰਦੇ ਹਾਂ ਕੋਈ ਵਿਅਕਤੀ ਨਸ਼ੇ ਉੱਤੇ ਨਿਰਭਰ ਹੈ ਤਾਂ ਉਹਦੇ ਕੁਝ ਲੱਛਣ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਹਾਂ। ਉਸ ਵਿਅਕਤੀ ਨੂੰ ਬਾਰ ਬਾਰ ਨਸ਼ਾ ਲੈਣ ਦੀ ਇੱਛਾ ਹੁੰਦੀ ਹੈ, ਸਭ ਤੋਂ ਪਹਿਲੀ ਗੱਲ। ਉਹਦਾ ਨਸ਼ੇ ਉੱਪਰ ਕੋਈ ਕੰਟਰੋਲ ਨਹੀਂ ਰਹਿੰਦਾ, ਕਿਸ ਟਾਈਮ ਮੈਂ ਸ਼ੁਰੂ ਕਰਨਾ, ਕਿਸ ਟਾਈਮ ਮੈਂ ਬੰਦ ਕਰਨਾ, ਉਸ ਉੱਪਰ ਉਹਦਾ ਕੋਈ ਕੰਟਰੋਲ ਨਹੀਂ ਹੁੰਦਾ ਅਤੇ ਮੈਂ ਕਿੰਨੀ ਮਾਤਰਾ 'ਚ ਨਸ਼ਾ ਕਰਨਾ। ਤੀਸਰਾ, ਉਹਦੀ ਜਿਹੜੀ ਟੋਲਰੈਂਸ ਹੈ, ਉਹਦੀ ਕਪੈਸਿਟੀ ਹੈ, ਉਹ ਸਲੋ ਸਲੋ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਚੌਥਾ, ਇਹ ਜਾਣਦੇ ਹੋਏ ਕਿ ਨਸ਼ਾ ਲੈਣ ਨਾਲ ਮੇਰੀ ਜ਼ਿੰਦਗੀ ਉੱਤੇ, ਮੇਰੀ ਸਿਹਤ ਉੱਤੇ, ਮੇਰੇ ਕੰਮ ਕਾਜ ਉੱਤੇ, ਸਾਰੀਆਂ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ, ਇਹ ਜਾਣਨ ਤੋਂ ਬਾਵਜੂਦ ਵੀ ਵਿਅਕਤੀ ਨਸ਼ਾ ਕਾਬੂ ਨਹੀਂ ਕਰ ਪਾਉਂਦਾ। ਇਨਫੈਕਟ ਹੌਲੀ ਹੌਲੀ ਜਿਹੜਾ ਕੁਆਂਟਿਟੀ ਹੈ ਨਸ਼ੇ ਦੀ, ਜਿਹੜੀ ਮਾਤਰਾ ਹੈ, ਉਹ ਹੌਲੀ ਹੌਲੀ ਵੱਧਦੀ ਜਾਂਦੀ ਹੈ। ਵਿਅਕਤੀ ਇੰਨੀ, ਕਈ ਵਾਰ ਇੰਨੀ ਕੁਆਂਟਿਟੀ ਤੱਕ ਕੰਜ਼ਿਊਮ ਕਰ ਲੈਂਦਾ ਜਿਹਦੇ ਨਾਲ ਵਿਅਕਤੀ ਦੀ ਇਨਫੈਕਟ ਡੈਥ ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ, ਇਹ ਜਾਣਨ ਤੋਂ ਬਾਅਦ ਕਿ ਨਸ਼ਾ ਲੈਣ ਨਾਲ ਉਹਦੇ ਸਰੀਰ ਉੱਤੇ, ਰਿਸ਼ਤਿਆਂ ਉੱਤੇ, ਇਨਫੈਕਟ ਬਿਹੇਵੀਅਰ ਵਿੱਚ ਕਾਫੀ ਬਦਲਾਵ ਆ ਰਹੇ ਹਨ, ਫਿਰ ਵੀ ਵਿਅਕਤੀ ਆਪਣਾ ਜਿਹੜਾ ਨਸ਼ਾ ਲੈਣਾ ਹੈ ਉਹ ਕਾਬੂ ਨਹੀਂ ਕਰ ਪਾਉਂਦਾ, ਤਾਂ ਇਹ ਜਿਹੜੇ ਕੁਛ ਲੱਛਣ ਹੈ, ਅਗਰ ਇਹ ਪ੍ਰੈਜੈਂਟ ਹੁੰਦੇ ਹੈ ਕਿਸੇ ਵਿਅਕਤੀ ਦੇ ਵਿੱਚ, ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਇਹਨੂੰ ਨਸ਼ੇ ਦੀ ਬਿਮਾਰੀ ਹੈ। ਹੁਣ ਇਹ ਜਿਹੜੇ ਲੱਛਣ ਹੈ, ਇਹਨਾਂ 'ਚੋਂ ਘੱਟੋ ਘੱਟ ਮਿਨੀਮਮ 3 ਲੱਛਣ ਪ੍ਰੈਜੈਂਟ ਹੋਣੇ ਜ਼ਰੂਰੀ ਹੈ, ਅਤੇ ਇਹ ਪਿਛਲੇ 1 ਸਾਲ ਦੇ ਦੌਰਾਨ ਅਗਰ ਹੁੰਦੇ ਹੈ ਤਾਂ ਹੀ ਆਪਾਂ ਕਿਸੇ ਵਿਅਕਤੀ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਨਿਰਭਰਤਾ ਉਹ ਨਸ਼ੇ ਦੇ ਉੱਤੇ ਹੈਗੀ ਹੈ ਅਤੇ ਉਹਨਾਂ ਨੂੰ ਨਸ਼ੇ ਦੀ ਬਿਮਾਰੀ ਹੈ। ਗੁਰਿੰਦਰ ਜੀ, ਕਾਫੀ ਲੋਕਾਂ ਨੂੰ ਬੋਲਦੇ ਸੁਣਿਆ ਕਿ ਜੇ ਵਿਲ ਪਾਵਰ ਹੈ ਆਪਣੀ, ਜੇ ਵਿਲ ਪਾਵਰ ਸਟਰੋਂਗ ਰੱਖੀਏ ਤੇ ਨਸ਼ਾ ਛੱਡ ਸਕਦੇ ਨੇ, ਪਰ ਕਾਫੀ ਲੋਕੀ ਛੱਡ ਫੇਰ ਵੀ ਨਹੀਂ ਪਾਉਂਦੇ। ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਇਹ ਜੀ ਕਿਹੜੀ ਟੈਕਨੀਕ ਆਪਾਂ ਵਰਤ ਸਕਦੇ ਹਾਂ ਜਿਹਦੇ ਨਾਲ ਕਿ ਇਹ ਵਿਲ ਪਾਵਰ ਮੋਸਟ ਸਟਰੋਂਗ ਹੋ ਜੇ? ਬਿਲਕੁਲ ਸਰ, ਜਿਵੇਂ ਕਿ ਤੁਸੀਂ ਦੱਸਿਆ, ਕਾਫੀ ਲੋਕ, ਕਾਫੀ ਮਰੀਜ਼ ਤੇ ਉਹਨਾਂ ਦੇ ਪਰਿਵਾਰ ਵਾਲੇ ਇਸ ਤਰੀਕੇ ਨਾਲ ਮੰਨਦੇ ਹਨ ਕਿ ਜਿਹੜਾ ਨਸ਼ਾ ਹੈ ਉਹ ਸਟਰੋਂਗ ਵਿਲ ਪਾਵਰ ਦੇ ਨਾਲ ਛੱਡਿਆ ਜਾ ਸਕਦਾ। ਲੋਕਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਸਿਰਫ ਇੱਥੇ ਤੱਕ ਹੀ ਸੀਮਿਤ ਹੈ ਕਿ ਵਿਅਕਤੀ ਇਸ ਲਈ ਨਸ਼ਾ ਲੈ ਰਿਹਾ ਹੈ ਕਿਉਂਕਿ ਉਹਦੀ ਜਿਹੜੀ ਵਿਲ ਪਾਵਰ ਹੈ ਉਹ ਸਟਰੋਂਗ ਨਹੀਂ ਹੈ, ਜਾਂ ਫਿਰ ਜਿਹੜੇ ਉਹਦੇ ਨੈਤਿਕ ਸਿਧਾਂਤ, ਮਤਲਬ ਕਿ ਮੋਰਲ ਪ੍ਰਿੰਸੀਪਲਸ ਹੈ, ਉਹ ਡਗਮਗਾਏ ਹੋਏ ਹੈ। ਇਹ ਕਾਰਨ ਬਣਦਾ ਕਿਸੇ ਵੀ ਵਿਅਕਤੀ ਦੇ ਨਸ਼ਾ ਲੈਣ ਦਾ। ਬਟ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਨਾ ਤਾਂ ਨੈਤਿਕ ਸਿਧਾਂਤਾਂ ਦੀ ਗੱਲ ਹੈ, ਨਾ ਤਾਂ ਵਿਲ ਪਾਵਰ ਦੀ ਹੀ ਗੱਲ ਹੈ, ਬਟ ਐਕਚੁਅਲੀ ਇੱਕ ਦਿਮਾਗ ਦੀ ਬਿਮਾਰੀ ਹੈ। ਜਦੋਂ ਆਪਾਂ ਵਿਲ ਪਾਵਰ ਦੀ ਗੱਲ ਕਰਦੇ ਹਾਂ, ਵਿਅਕਤੀ ਆਪਣੀ ਵਿਲ ਪਾਵਰ ਨਾਲ ਨਸ਼ਾ ਕਿਉਂ ਨਹੀਂ ਛੱਡ ਸਕਦਾ, ਉਸਦਾ ਕਾਰਨ ਇਹ ਵੀ ਹੈ, ਨਸ਼ਾ ਲੈਣ ਕਾਰਨ ਦਿਮਾਗ ਵਿੱਚ ਉਹ ਜਗ੍ਹਾਵਾਂ ਅਤੇ ਉਹ ਹਿੱਸਿਆਂ ਵਿੱਚ ਬਦਲਾਵ ਆਉਂਦਾ ਹੈ ਜੋ ਕਿ ਡਿਸੀਜਨ ਲੈਣ ਲਈ ਜਾਂ ਵਿਲ ਪਾਵਰ ਲਈ ਕਿਸੇ ਇੱਕ ਵਿਅਕਤੀ ਦੇ ਰਿਸਪੋਂਸੀਬਲ ਹੁੰਦਾ। ਹੁਣ ਜਦੋਂ ਉਹ ਹਿੱਸਿਆਂ ਦੇ ਵਿੱਚ ਬਦਲਾਵ ਆਇਆ, ਇਸ ਕਾਰਨ ਵਿਅਕਤੀ ਉਸ ਤਰੀਕੇ ਦੇ ਡਿਸੀਜਨ ਨਹੀਂ ਲੈ ਪਾਉਂਦਾ ਕਿ ਮੈਂ, ਅਗਰ ਉਹਨੇ ਕਹਿ ਦਿੱਤਾ ਕਿ ਮੈਂ ਨਸ਼ਾ ਛੱਡਾਂਗਾ, ਕਿ ਉਹ ਛੱਡ ਦੇਵੇ। ਇਹ ਕਹਿਣ ਦੇ ਵਿੱਚ ਵਿਅਕਤੀ ਦੀ ਚਾਹੇ ਜਿੰਨੀ ਮਰਜ਼ੀ ਵਧੀਆ ਇੰਟੈਂਸ਼ਨ ਕਿਉਂ ਨਾ ਹੋਵੇ ਕਿ ਮੈਂ ਦੁਬਾਰਾ ਤੋਂ ਨਸ਼ਾ ਨਹੀਂ ਕਰੂੰਗਾ,
ਪਰ ਕਿਉਂਕਿ ਇਹ ਦਿਮਾਗ ਦੀ ਬਿਮਾਰੀ ਹੈ ਤਾਂ ਸਿਰਫ ਇੰਨਾ ਕਹਿਣ ਨਾਲ ਕਿ ਮੈਂ ਨਸ਼ਾ ਛੱਡ ਦੂੰਗਾ ਵਿਅਕਤੀ ਨਸ਼ਾ ਨਹੀਂ ਛੱਡ ਸਕਦਾ। ਗੁਰਿੰਦਰ ਜੀ, ਅੱਜ ਮੈਨੂੰ ਪਤਾ ਲੱਗ ਗਿਆ ਕਿ ਇਕੱਲੇ ਵਿਲ ਪਾਵਰ ਨਾਲ ਨਸ਼ਾ ਨਹੀਂ ਛੱਡਿਆ ਜਾ ਸਕਦਾ। ਪਰ ਤੁਸੀਂ ਸਾਨੂੰ ਦੱਸੋਗੇ ਵਿਸਥਾਰ 'ਚ ਕਿ ਫਿਰ ਤੁਸੀਂ ਇਹਦਾ ਇਲਾਜ ਕਿਵੇਂ ਕਰਦੇ ਹੋ? ਜੀ ਬਿਲਕੁਲ ਸਰ, ਮੈਂ ਤੁਹਾਨੂੰ ਨਸ਼ੇ ਦੇ ਇਲਾਜ ਬਾਰੇ ਡੈਫੀਨੇਟਲੀ ਦੱਸਦੀ ਹਾਂ। ਜਦੋਂ ਆਪਾਂ ਨਸ਼ੇ ਦੇ ਇਲਾਜ ਦੀ ਗੱਲ ਕਰਦੇ ਹਾਂ ਤਾਂ ਹਰ ਵਿਅਕਤੀ ਦਾ ਇਲਾਜ ਡਿਫਰੈਂਟ ਤਰੀਕੇ ਨਾਲ ਹੁੰਦਾ। ਕਈ ਪੇਸ਼ੈਂਟ ਇਸ ਤਰੀਕੇ ਨਾਲ ਹੁੰਦੇ ਜਿਨ੍ਹਾਂ ਨੂੰ ਇਕੱਲੀ ਨਸ਼ੇ ਦੀ ਬਿਮਾਰੀ ਨਹੀਂ ਹੁੰਦੀ ਪਰ ਨਾਲ ਦੇ ਨਾਲ ਕੋਈ ਹੋਰ ਮਾਨਸਿਕ ਬਿਮਾਰੀ ਵੀ ਹੁੰਦੀ ਹੈ, ਤਾਂ ਦੋਨੋਂ ਚੀਜ਼ਾਂ ਦਾ ਇਲਾਜ ਸਾਈਮਲਟੇਨੀਅਸਲੀ ਕਰਨਾ ਜ਼ਰੂਰੀ ਰਹਿੰਦਾ। ਅਤੇ ਅਗਰ ਮੈਂ ਮਾਈਂਡ ਪਲੱਸ ਰਿਟਰੀਟ ਬਾਰੇ ਦੱਸਾਂ ਤਾਂ ਇੱਥੇ ਇਲਾਜ ਮੇਨਲੀ 3 ਸਟੇਜਸ ਦੇ ਵਿੱਚ ਹੁੰਦਾ। ਪਹਿਲੀ ਸਟੇਜ ਹੁੰਦੀ ਹੈ ਪ੍ਰੀ ਅਸੈਸਮੈਂਟ ਅਤੇ ਸਟੇਬਲਾਈਜੇਸ਼ਨ ਸਟੇਜ। ਇਸ ਦੇ ਦੌਰਾਨ ਇਹ ਸਟੇਜ ਕੁਛ ਲਗਭਗ 5 ਤੋਂ 7 ਦਿਨ ਦਾ ਪੀਰੀਅਡ ਰਹਿੰਦਾ। ਇਹਦੇ ਵਿੱਚ ਵਿਅਕਤੀ ਹੋਸਪਿਟਲ ਵਿੱਚ ਆ ਕੇ ਸੈਟਲ ਹੁੰਦਾ, ਉਹਦੀ ਹਿਸਟਰੀ ਲਿੱਤੀ ਜਾਂਦੀ ਹੈ, ਉਹਦੀ ਬਿਮਾਰੀ ਨੂੰ ਸਮਝਿਆ ਜਾਂਦਾ ਅਤੇ ਕੇਸ ਨੂੰ ਫਾਰਮੂਲੇਟ ਕਰਿਆ ਜਾਂਦਾ, ਨਾਲ ਦੇ ਨਾਲ ਦਵਾਈਆਂ ਸਟਾਰਟ ਕੀਤੀਆਂ ਜਾਂਦੀਆਂ ਤਾਂ ਕਿ ਵਿਅਕਤੀ ਹੈ ਜਿਹੜਾ ਪੇਸ਼ੈਂਟ ਹੈ ਸਟੇਬਲ ਹੋ ਪਾਵੇ। ਇੱਕ ਵਾਰ ਵਿਅਕਤੀ ਸਟੇਬਲ ਹੋ ਗਿਆ, ਹਿਸਟਰੀ ਆਪਣੇ ਕੋਲ ਪ੍ਰੋਪਰ ਹੈ, ਫਾਰਮੂਲੇਸ਼ਨ ਹੈਗੀ ਹੈ ਕਿ ਐਗਜੈਕਟਲੀ ਕੇਸ ਕੀ ਹੈ, ਉਸ ਤੋਂ ਬਾਅਦ ਆਪਾਂ ਅਗਲੀ ਸਟੇਜ 'ਤੇ ਜਾਂਦੇ ਹਾਂ, ਸੈਕਿੰਡ ਸਟੇਜ, ਜਿਹਨੂੰ ਕਿ ਐਕਟਿਵ ਟ੍ਰੀਟਮੈਂਟ ਫੇਜ਼ ਬੋਲਦੇ ਹਾਂ। ਇਸ ਦੇ ਦੌਰਾਨ ਇਹ ਜਿਹੜੀ ਬੇਸਿਕਲੀ ਸਟੇਜ ਹੈ ਇਹ ਕੁਛ ਅਰਾਊਂਡ 6 ਤੋਂ 8 ਹਫ਼ਤਿਆਂ ਦਾ ਟ੍ਰੀਟਮੈਂਟ ਰਹਿੰਦਾ। ਇਹਦੇ ਵਿੱਚ ਡਿਫਰੈਂਟ ਥੈਰੇਪੀਸ ਜਿਵੇਂ ਕਿ ਕੋਗਨੀਟਿਵ ਬਿਹੇਵੀਅਰਲ ਥੈਰੇਪੀ ਹੋ ਗਈ, 12-step ਪ੍ਰੋਗਰਾਮ ਹੋ ਗਿਆ, ਰੀਲੈਪਸ ਪ੍ਰੀਵੈਂਸ਼ਨ ਹੋ ਗਈ, ਸਮਾਰਟ ਹੋ ਗਈ, ਇਸ ਤਰੀਕੇ ਦੀ ਡਿਫਰੈਂਟ ਥੈਰੇਪੀਜ਼ ਇਸਤੇਮਾਲ ਕਰਦੇ ਹਾਂ ਤਾਂ ਕਿ ਵਿਅਕਤੀ ਨੂੰ ਆਪਣੇ ਨਸ਼ਾ ਲੈਣ ਬਾਰੇ ਚੰਗੇ ਤਰੀਕੇ ਨਾਲ ਸਮਝ ਆਵੇ ਅਤੇ ਨਸ਼ਾ ਕਿਉਂ ਨਹੀਂ ਲੈਣਾ ਚਾਹੀਦਾ, ਕਿਸ ਤਰੀਕੇ ਨਾਲ ਉਹ ਰੁਕ ਸਕਦਾ ਨਸ਼ਾ ਲੈਣ ਤੋਂ, ਇਸ ਤਰੀਕੇ ਦੀਆਂ ਟੈਕਨੀਕਸ ਨੂੰ ਡਿਸਕਸ ਕਰਿਆ ਜਾਂਦਾ। ਫਿਰ ਆਉਂਦੀ ਹੈ ਆਖਰੀ ਫੇਜ਼। ਆਖਰੀ ਫੇਜ਼ ਨੂੰ ਪ੍ਰੀ ਡਿਸਚਾਰਜ ਫੇਜ਼ ਬੋਲਦੇ ਹਾਂ। ਉਹ ਵੀ ਅਰਾਊਂਡ 1 ਹਫ਼ਤੇ ਤੋਂ 2 ਹਫ਼ਤੇ ਦਾ ਟਾਈਮ ਪੀਰੀਅਡ ਰਹਿੰਦਾ। ਇਸ ਸਟੇਜ ਦੇ ਵਿੱਚ ਜਿਹੜਾ ਫੋਕਸ ਹੁੰਦਾ ਉਹ ਮੇਨਲੀ ਓਕਿਊਪੇਸ਼ਨਲ ਪਾਰਟ 'ਤੇ ਹੁੰਦਾ, ਕੰਮ ਕਾਜ ਪਿੱਛੇ, ਅਤੇ ਆਪਣੀ ਰੂਟੀਨ ਵਿਅਕਤੀ ਕਿਸ ਤਰੀਕੇ ਨਾਲ ਘਰ ਜਾ ਕੇ ਸੈੱਟ ਕਰੇਗਾ ਉਸ ਦੇ ਉੱਤੇ ਹੁੰਦਾ। ਹੁਣ ਇਹਦੇ ਦੌਰਾਨ ਆਊਟਿੰਗਸ ਵੀ ਸਟਾਰਟ ਕੀਤੀਆਂ ਜਾਂਦੀਆਂ। ਓਕਿਊਪੇਸ਼ਨਲ ਥੈਰੇਪਿਸਟ ਅਤੇ ਸੋਸ਼ਲ ਵਰਕਰ ਮਿਲ ਕੇ ਇੱਕ ਡੇਲੀ ਐਕਟੀਵਿਟੀ ਰੂਟੀਨ ਸੈੱਟ ਕਰਦੇ ਹਾਂ। ਜਿਹੜੇ ਪੇਸ਼ੈਂਟਸ ਦੀ ਕੰਮ ਕਾਜ ਦੀ ਰੂਟੀਨ ਵਿਗੜੀ ਹੁੰਦੀ ਹੈ ਉਸ ਨੂੰ ਟਰੈਕ 'ਤੇ ਲੈ ਕੇ ਆਉਣ ਵਾਸਤੇ ਕੁਛ ਡਿਫਰੈਂਟ ਪ੍ਰੈਕਟਿਸਿਸ ਅਪਣਾਉਂਦੇ ਹਾਂ ਅਤੇ ਨਾਲ ਨਾਲ ਕੁਛ ਆਊਟਿੰਗਸ 'ਤੇ ਭੇਜਦੇ ਹਾਂ ਤਾਂ ਕਿ ਪਤਾ ਚੱਲੇ ਪੇਸ਼ੈਂਟ ਬਾਹਰ ਜਾ ਕੇ ਕਿਸ ਤਰੀਕੇ ਨਾਲ ਰਹਿ ਰਿਹਾ, ਐਡਜਸਟ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਿਹਾ। ਅਤੇ ਮਾਈਂਡ ਪਲੱਸ ਦੇ ਵਿੱਚ ਤਾਂ ਇਹ ਬੇਸਿਕਲੀ 3 ਸਟੇਜਸ ਦੇ ਆਧਾਰ 'ਤੇ ਟ੍ਰੀਟਮੈਂਟ ਕੀਤਾ ਜਾਂਦਾ। ਥੈਂਕ ਯੂ ਗੁਰਿੰਦਰ ਜੀ। ਵੀਅਰਸ, ਇਹ ਸੀਗੇ ਗੁਰਿੰਦਰ ਜੀ ਜਿਨ੍ਹਾਂ ਨੇ ਸਾਨੂੰ ਚਾਨਣਾ ਪਾਇਆ ਨਸ਼ੇ ਦੀ ਬਿਮਾਰੀ ਬਾਰੇ। ਅਗਲੀ ਵਾਰੀ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਐਪੀਸੋਡ ਨਾਲ ਅਤੇ ਇੱਕ ਹੋਰ ਮਾਨਸਿਕ ਰੋਗ ਨਾਲ। ਟਿਲ ਦੈਨ, ਬੀ ਹੈਪੀ, ਸਟੇ ਹੈਲਦੀ।